ਮੋਗਾ ਜ਼ਿਲ੍ਹੇ ਦੇ ਕਸਬਾ ਕੋਟ ਇਸੇ ਖਾਂ ਦੇ ਮਸੀਦਾ ਰੋਡ 'ਤੇ ਹੋਏ ਇੱਕ ਸੜਕੀ ਹਾਦਸੇ ਵਿੱਚ ਇੱਕ ਬੱਸ ਨੇ ਸਕੂਟੀ ਨੂੰ ਪਿੱਛੋਂ ਟੱਕਰ ਮਾਰਤੀ, ਜਿਸ ਨਾਲ ਇੱਕ ਬਜ਼ੁਰਗ ਔਰਤ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਮ੍ਰਿਤਕਾਂ ਦੇ ਮੁੰਡੇ ਨੇ ਦੱਸਿਆ ਕਿ ਉਸਦੀ ਮਾਤਾ ਪਿੰਡ ਮਸੀਦਾ ਦੇ ਗੁਰਦੁਆਰਾ ਸਾਹਿਬ 'ਚ ਹਰ ਰੋਜ਼ ਜਾਂਦੀ ਸੀ, ਜਦੋਂ ਅੱਜ ਵਾਪਸ ਆਈ ਤੇ ਕਿਸੇ ਸਕੂਟੀ ਨਾਲ ਬੈਠ ਕੇ ਆ ਰਹੀ ਸੀ। ਕੋਟ ਇਸੇ ਪੁਆਇੰਟ ਪਹੁੰਚੀ ਤਾਂ ਉੱਥੇ ਇੱਕ ਬੱਸ ਨੇ ਟੱਕਰ ਮਾਰਤੀ, ਜਿਸ ਨਾਲ ਗਿਰ ਕੇ ਉਸਦੀ ਮੌਤ ਹੋ ਗਈ। ਉਧਰ ਬੱਸ ਚਾਲਕ ਬੱਸ ਛੱਡ ਕੇ ਫਰਾਰ ਹੋ ਗਿਆ। ਸਕੂਲ ਚੋਂ ਉੱਥੇ ਜਦੋਂ ਕਿਸੇ ਗੁਰਦੁਆਰੇ ਤੇ ਚੌਂਕਰੀ ਤੇ ਮਗਰੋਂ ਨੇ ਬੱਸ ਮਾਰਤੀ। ਕਿੰਨੇ ਬੱਸ ਮਾਰੀ? ਬੱਸ ਵਾਲੇ ਨੇ। ਕਿਹੜੀ ਬੱਸ ਸੀਗੀ? ਆਪਣਾ ਕੈਮਰੇ ਸਕੂਲ। ਹੁਣ ਤੁਸੀਂ ਕੀ ਮੰਗਦਾ? ਹਾਂਜੀ, ਹਾਂ ਕਾਰਵਾਈ ਕੀਤੀ ਜਾਵੇ ਸਰ। ਸਾਫ਼ ਸਫ਼ਾਈ ਅਜੀਤ ਕੌਰ, ਪ੍ਰਦੀਪ ਕਿਕਰ ਸਿੰਘ ਵਾਸੀ ਵਿਸ਼ਕਰਮਾ ਮਹੱਲਾ ਕੋਟੀ ਸਿੰਘ ਕੇ ਵਿੱਚੋਂ ਟੱਕਰ ਮਾਰਤੀ। ਸਕੂਟੀ ਵਾਲੇ ਸੱਟ ਲੱਗੀ ਤੇ ਅਜੀਤ ਕੌਰ ਦੀ ਮੌਤ ਹੋ ਗਈ ਮੌਕੇ 'ਤੇ ਹੀ। ਇਸ ਸੰਬੰਧੀ ਕਾਰਵਾਈ ਕੀਤੀ ਜਾ ਰਹੀ ਹੈ। ਇਹਦੇ ਕੋਈ ਜ਼ਖਮੀ ਵੀ ਹੋਇਆ? ਹਾਂਜੀ, ਸਕੂਟੀ ਸਵਾਰ ਜਿਹੜਾ ਉਹਨੂੰ ਜਗਿਆ, ਉਹਦੇ ਬਾਰੇ ਇਨਫੋਰਮੇਸ਼ਨ ਵੀ ਹੈਗੀ ਜੇ ਕਿੱਥੇ ਦਾਖਲਾ, ਜਦੋਂ ਆ ਗਏ ਉਹਦਾ ਲੈਣਾ ਮੇਰੇ ਕੋਲ। ਔਰ ਜੋ ਬੱਸ ਦਾ ਡਰਾਈਵਰ ਸੀਗਾ ਉਹ ਫੜਿਆ ਗਿਆ? ਬੱਸ ਦਾ ਡਰਾਈਵਰ ਮੌਕੇ 'ਤੇ ਫੜਾ ਲਏ। ਹੁਣ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ? ਸਾਰੇ ਪਰਚਾ ਦੇ ਰਹੇ ਹਾਂ। ਜਾਗਤੀ ਲੈ ਲਈ ਕੋਟ ਇਸੇ ਖਾਂ ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ।